ਦਸੰਬਰ ਨੂੰ ਚਾਰ ਬੰਦੇ ਕਿਡਨੈਪ ਕਰਨ ਆ ਰਹੇ, ਮੇਰੇ ਕੋਲ ਪ੍ਰੂਫ ਪਏ ਨੇ। ਅਰਸ਼ ਬੈਨੀਪਾਲ ਸਾਫ ਆਪਦੀ ਸਨੈਪਚੈਟ ਤੇ ਸਟੋਰੀਜ਼ ਪਾ ਰਿਹਾ ਐਂਡ ਬੋਲ ਰਿਹਾ ਕਿ ਮੂਸੇਵਾਲਾ ਮੇਰਾ ਸਪੋਰਟਰ ਆ। ਕਰਨ ਔਜਲਾ ਨੇ ਵੀ ਸਟੋਰੀ ਪਾਈ ਆ ਕਿ ਮੈਂ ਫੁੱਲ ਸਪੋਰਟ ਜਾਂ ਬਾਈ ਦੀ। ਇਹਨਾਂ ਨੇ ਨਾ ਖੇਲ ਬਣਾ ਰੱਖੀ ਆ, ਤਾਂ ਹੀ ਤਾਂ ਆਪਦੇ ਗਾਣਿਆਂ ਦੇ ਵਿੱਚ ਗਾਉਂਦੇ ਆ ਤੇ ਕਿੰਨੀਆਂ ਤੇਰੇ ਪਿੱਛੇ ਛੱਡੀਆਂ। ਜਿਹਨੇ ਗਲਤ ਕੀਤਾ ਉਹ ਗਲਤ ਆ, ਮੈਂ ਕੱਲ ਵੀ ਉਹਨਾਂ ਨੂੰ ਕਿਹਾ ਸੀ, ਮੈਂ ਕਿਹਾ ਮੈਨੂੰ ਪ੍ਰੂਫ ਦਿਓ ਜੀ ਅਰਸ਼ ਸਹੀ ਹੋਊਗਾ, ਅਸੀਂ ਅਰਸ਼ ਦਾ ਸਾਥ ਦੇਵਾਂਗੇ। ਜੇ ਤੁਸੀਂ ਬਾਕੀ ਸੱਚੇ ਹੋ, ਜੇ ਬਾਕੀ ਤੁਹਾਡਾ ਜ਼ਮੀਰ ਜਾਗਦਾ ਹੈ, ਫਿਰ ਹੁਣ ਉਸ ਕੁੜੀ ਦੇ ਨਾਲ ਖੜੇ ਹੋਵੋ। ਉਹ ਕੁੜੀ ਦੇ ਟੈਟੂ ਤੱਕ ਬਣਿਆ ਹੋਇਆ ਅਰਸ਼ ਬੈਨੀਪਾਲ ਦਾ। ਤੁਮ ਕਰੋ ਤੋ ਰਾਸਲੀਲਾ, ਹਮ ਕਰੇ ਤੋ ਕਰੈਕਟਰ ਲੀਲਾ। ਉਹਨੂੰ ਮੌਕਾ ਦਿੱਤਾ ਗਿਆ ਸੀਗਾ ਮਾਫੀ ਮੰਗੇ, ਪਰ ਉਹ ਤਾਂ ਚੰਬ ਲਿਆ ਫਿਰਦਾ ਆ। ਜੇ ਫਿਰ ਵੀ ਤੁਹਾਨੂੰ ਕੁੜੀ ਗਲਤ ਲੱਗਦੀ ਆ ਤਾਂ ਲਾਣਾ ਤਾਂ ਤੁਹਾਡੇ ਵਰਗਿਆ। ਦੋ ਦਿਨ ਤੋਂ ਇਸ ਕੇਸ ਦੀ ਇਨਵੈਸਟੀਗੇਸ਼ਨ ਕਰ ਰਹੀ ਹਾਂ। ਕੇਸ ਹੈਗਾ ਆ, ਸਿੰਗਰ ਆ ਜਿਹੜਾ ਅਰਸ਼ ਬੈਨੀਪਾਲ, ਉਹਦਾ ਤੇ ਉਹਦੇ ਵੱਲੋਂ ਇੱਕ ਕੁੜੀ ਨਾਲ ਕੀਤੀ ਗਈ ਜਿਹੜੀ ਧੋਖਾਧੜੀ ਆ ਉਹਦੇ ਨਾਲ ਰਿਲੇਟਡ। ਸੋ ਪਹਿਲਾਂ ਮੈਂ ਪੂਰੇ ਕੇਸ ਨੂੰ ਅਨਾਲਿਸਿਸ ਕੀਤਾ, ਕਿਉਂਕਿ ਅਕਸਰ ਹੀ ਜੋ ਆਪਣਾ ਪਰਸੈਪਸ਼ਨ ਵੀ ਆ ਕਿ ਕਈ ਵਾਰ ਕੁੜੀਆਂ ਆਪਣੇ ਆਪ ਹੀ ਪਹਿਲਾਂ ਬਹੁਤ ਗਲਤ ਹੁੰਦੀਆਂ ਨੇ ਅਤੇ ਫਿਰ ਉਹ ਇੱਦਾਂ ਦੇ ਇਲਜ਼ਾਮ ਲਾਉਂਦੀਆਂ ਨੇ। ਸੋ ਉਸ ਕਰਕੇ ਮੈਂ ਪਹਿਲਾਂ ਇਸ ਕੇਸ ਨੂੰ ਪੂਰੀ ਤਰ੍ਹਾਂ ਅਨਾਲਿਸਿਸ ਕੀਤਾ ਕੱਲ੍ਹ ਪੂਰਾ ਦਿਨ, ਕਿਉਂਕਿ ਇੱਕ ਕੁੜੀ ਦੀ ਕੰਪਲੇਂਟ ਆ ਜਿਹੜੀ ਉਹ NRI ਸੈੱਲ ਹੈਗਾ ਆ ਜਿਹੜਾ ਉੱਥੇ ਆ ਚੁੱਕੀ ਆ, ਪਹੁੰਚ ਚੁੱਕੀ ਆ, ਮੇਰੇ ਕੋਲ ਵੀ ਹੈ। ਅਤੇ ਸਾਰਿਆਂ ਨੂੰ ਜਿਵੇਂ ਪਤਾ ਹੀ ਹੈ ਕਿ ਵਿਸ਼ੰਬਰ ਦਾਸ ਹੈਗੇ ਨੇ UK ਤੋਂ, ਸ਼ੀ ਇਜ਼ ਮੈਜਿਸਟਰੇਟ ਐਂਡ ਮਾਡਲ ਆਲਸੋ। ਉਹ ਇਸ ਕੇਸ ਨੂੰ ਮਤਲਬ ਉਹ ਕੌਰ ਮੂਵਮੈਂਟ ਦੇ ਥਰੂ ਉਹਦੇ ਵਿੱਚ ਕਨੈਕਟਡ ਹੋਏ ਸੀ ਅਤੇ ਕੌਰ ਮੂਵਮੈਂਟ ਵਾਲੇ ਹੁਣ ਅਸੀਂ ਸਾਰੇ ਜਾਣੇ ਉਹਨਾਂ ਨੇ ਰਲ ਕੇ ਜਦੋਂ ਮੈਨੂੰ ਕੰਟੈਕਟ ਕੀਤਾ ਸੀਗਾ ਪਰਸੋਂ, ਅਤੇ ਫਿਰ ਮੈਂ ਦੇਖਿਆ ਸਾਰਾ ਕੁਛ। ਮੈਨੂੰ ਹੁੰਦਾ ਹੈ ਕਿ ਪਹਿਲਾਂ ਮੈਂ ਚੀਜ਼ ਦੀ ਪੜਤਾਲ ਕਰਾਂ, ਚੰਗੀ ਤਰ੍ਹਾਂ ਤਫਤੀਸ਼ ਕਰਾਂ, ਉਦੋਂ ਬਾਅਦ ਵਿੱਚ ਮੈਂ ਕਿਸੇ ਵੀ ਨਤੀਜੇ 'ਤੇ ਪਹੁੰਚਦੀ ਹਾਂ, ਕਿਉਂਕਿ ਅਕਸਰ ਹੀ ਤੁਹਾਨੂੰ ਪਤਾ ਹੀ ਆ ਕਿ ਕਈ ਵਾਰ ਜਿਹੜੇ ਹੈਗੇ ਆ ਰੋਂਗ ਕੇਸਿਸ ਵੀ ਆਪਣੇ ਕੋਲ ਆ ਜਾਂਦੇ ਆ। ਸੋ ਅੱਜ ਸਪੈਸੀਫਿਕਲੀ ਟਾਈਮ ਕੱਢ ਕੇ ਮੈਂ ਪਹਿਲਾਂ ਹਾਲੇ ਲਾਈਵ ਵੀ ਨਹੀਂ ਆਉਣਾ ਸੀਗਾ, ਪਰ ਮੈਨੂੰ ਮਜਬੂਰ ਕਰ ਦਿੱਤਾ ਗਿਆ ਹੁਣ ਆ ਕੇ ਲਾਈਵ ਆਉਣ ਨੂੰ, ਕਿਉਂਕਿ ਮੈਂ ਕੱਲ੍ਹ ਵੀ ਜਦੋਂ ਮੇਰੀ ਅਰਸ਼ ਦੇ ਜਿਹੜੇ ਰਿਸ਼ਤੇਦਾਰ ਨੇ, ਪਹਿਲਾਂ ਮੈਂ ਪੂਰੀ ਗੱਲ ਸੁਣਾਉਣੀ ਆ ਫਿਰ ਉਦੋਂ ਬਾਅਦ ਵਿੱਚ ਬਾਕੀ ਚੀਜ਼ਾਂ ਜਾਣੇ ਆ। ਗੱਲ ਇੱਦਾਂ ਆ ਕਿ ਅਰਸ਼ ਬੈਨੀਪਾਲ ਦਾ ਪਹਿਲਾਂ ਚੰਡੀਗੜ੍ਹ ਦੇ ਵਿੱਚ ਕਿਸੇ ਕੁੜੀ ਦੇ ਨਾਲ ਲਿਵਿੰਗ ਦੇ ਵਿੱਚ ਰਹਿੰਦਾ ਸੀਗਾ। ਚਲੋ ਉਹ ਕੁੜੀ ਅੱਗੇ ਨਹੀਂ ਆਉਣਾ ਚਾਹੁੰਦੀ ਅਤੇ ਉਹ ਕੁੜੀ ਨੇ ਖੁਦ ਵੀ ਥੋੜ੍ਹਾ ਜਿਹਾ ਬਹੁਤ ਅਰਸ਼ ਨੂੰ ਪਰੇਸ਼ਾਨ ਵੀ ਕਾਫੀ ਕੀਤਾ ਸੀਗਾ ਉਸ ਕੁੜੀ ਨੇ, ਕਿਉਂਕਿ ਮੈਂਟਲੀ ਉਹ ਡਿਸਟਰਬ ਵੀ ਰਹਿੰਦਾ ਸੀ ਉਸ ਕੁੜੀ ਕਰਕੇ। ਸੋ ਉਸ ਕੁੜੀ ਨਾਲ ਉਹਦਾ ਬ੍ਰੇਕਅਪ ਹੋ ਗਿਆ ਅਤੇ ਉਸ ਤੋਂ ਬਾਅਦ ਉਹਦਾ ਵਿਆਹ ਹੋਇਆ ਸੀਗਾ ਅਤੇ ਵਿਆਹ ਹੋਇਆ ਹੋਇਆ ਉਹਦਾ ਬੱਚਾ ਵੀ ਆ, ਵਿਨੀਪੈਗ ਦੇ ਵਿੱਚ ਰਹਿੰਦੇ ਆ ਅਤੇ ਉਹਦੇ ਸਹੁਰੇ ਕਿੱਥੋਂ, ਇਹ ਵੀ ਸਾਰੀ ਇਨਫੋਰਮੇਸ਼ਨ ਹੈਗੀ ਆ। ਚਲੋ ਦੈਟ ਇਜ਼ ਨੋਟ ਇੰਪੋਰਟੈਂਟ, ਹੈ ਨਾ। ਅਤੇ ਇੰਪੋਰਟੈਂਟ ਕੀ ਚੀਜ਼ ਆ ਕਿ ਉਹ ਉਸ ਕੈਲੀਫੋਰਨੀਆ ਤੋਂ ਕੁੜੀ ਆ, ਉਹਦੇ ਕੰਟੈਕਟ ਦੇ ਵਿੱਚ ਉਹ ਆਪਦੇ ਕਿਸੇ ਦੋਸਤ ਦੀ ਗਰਲਫ੍ਰੈਂਡ ਦੇ ਥਰੂ ਆਉਂਦਾ ਆ, ਫੇਸ ਟਾਈਮ ਕਰਦੇ ਹੁੰਦੇ ਸੀਗੇ ਉੱਥੋਂ ਉਦੋਂ। ਉਹ ਕੁੜੀ ਨਿਊਜ਼ੀਲੈਂਡ ਸੀਗੀ ਅਤੇ ਕੁੜੀ ਨੂੰ ਵੀ ਮੁੰਡਾ ਵਧੀਆ ਲੱਗਿਆ, ਜਿਵੇਂ ਹੁੰਦਾ ਆ, ਦੈਟ ਇਜ਼ ਨੈਚੁਰਲ। ਇਸ ਚੀਜ਼ ਨੂੰ ਆਪਾਂ ਗਲਤ ਵੀ ਨਹੀਂ ਕਹਿੰਦੇ ਹੈਗੇ ਜੇ ਰਿਲੇਸ਼ਨ ਉੱਥੇ ਤੱਕ ਰਹੇ ਅਤੇ। ਇਹਨੇ ਉਹਨੂੰ ਕਦੇ ਵੀ ਇਹ ਨਹੀਂ ਦੱਸਿਆ ਕਿ ਉਹ ਵਿਆਹਿਆ ਹੋਇਆ ਆ। ਹਾਂ, ਉਹਨੇ ਆਪਣੀ ਐਕਸ ਗਰਲਫ੍ਰੈਂਡ ਜਿਹੜੀ ਚੰਡੀਗੜ੍ਹ ਵਾਲੀ ਸੀ ਉਹਦੇ ਬਾਰੇ ਦੱਸਿਆ, ਉਹਦੇ ਬਾਰੇ ਇਹ ਵੀ ਦੱਸਿਆ ਹੋਇਆ ਸੀ ਉਹਨੂੰ ਕਿ ਕੁੜੀ ਸਾਈਕੋ ਆ, ਇਹਦੇ ਨਾਲ ਗੱਲ ਨਾ ਕਰੀ। ਮਤਲਬ ਉਹਨੂੰ ਸ਼ਾਇਦ ਡਰ ਸੀਗਾ ਕਿਉਂਕਿ ਜਿਹੜੀ ਚੰਡੀਗੜ੍ਹ ਵਾਲੀ ਕੁੜੀ ਸੀਗੀ ਉਹਨੂੰ ਇਸ ਮੁੰਡੇ ਦੇ ਪਾਸਟ ਬਾਰੇ ਸਾਰਾ ਕੁਛ ਪਤਾ ਸੀ, ਉਹਨੂੰ ਸ਼ਾਇਦ ਡਰ ਸੀਗਾ ਕਿ ਇਹ ਕੁੜੀ ਉਹਦੇ ਵਿਆਹ ਬਾਰੇ ਦੱਸ ਦੂਗੀ। ਖੈਰ, ਜਦੋਂ ਸਾਲ ਦੋ ਸਾਲ ਬਾਅਦ ਮਿਲਦੇ, ਫਿਰ ਇਹ ਜਿਹੜੀ ਕੈਲੀਫੋਰਨੀਆ ਵਾਲੀ ਕੁੜੀ ਆ ਉਹਨੂੰ ਚੰਡੀਗੜ੍ਹ ਵਾਲੀ ਕੁੜੀ ਤੋਂ ਹੀ ਪਤਾ ਲੱਗਦਾ ਆ ਕਿ ਅਰਸ਼ ਬੈਨੀਪਾਲ ਵਿਆਹਿਆ ਹੋਇਆ ਆ। ਵਿਆਹਿਆ ਹੋਇਆ ਹੋ ਕੇ ਉਹ ਤੋਂ ਪਤਾ ਲੱਗਦਾ ਅਤੇ ਉਦੋਂ ਬਿਨਾਂ ਉਹ ਕੁੜੀ ਫਿਰ ਅਰਸ਼ ਨੂੰ ਦੁਬਾਰਾ ਫਿਰ ਮਿਲਦੀ, ਅਰਸ਼ ਨੂੰ ਰੋਂਦੀ ਪੁੱਛਦੀ ਆ, ਦੁਬਾਰਾ ਫਿਰ ਮਿਲਦੇ ਆ ਉਹ। ਜਦੋਂ ਉਹ ਅਰਸ਼ ਬੈਨੀਪਾਲ ਦੇ ਮੁੰਡੇ ਦੀ ਅਤੇ ਉਹਦੀ ਟਿਕਟ ਵੀ ਕਰਵਾਉਂਦੀ ਆ, ਉਹ ਮਿਲਦੇ ਆ ਉੱਥੇ, ਅਰਸ਼ ਉੱਥੇ ਆ ਜਾਂਦਾ ਏਅਰਪੋਰਟ ਦੇ ਉੱਤੇ ਉਹਨੂੰ ਲੈਣ ਕਿ ਮੈਂ ਇਹਦੇ ਨਾਲ ਗੱਲ ਕਰਨਾ ਚਾਹੁੰਦਾ। ਉਹਨੂੰ ਕਹਿੰਦਾ ਆ ਕਿ ਮੈਂ ਤੇਰੀ ਮੇਰਾ ਸਿਰਫ ਤੂੰ ਸਾਰੀ ਜ਼ਿੰਦਗੀ ਮੇਰੀ ਫਰੈਂਡ ਬਣ ਕੇ ਰਹਿ, ਮੈਨੂੰ ਤੇਰੇ ਤੋਂ ਹੋਰ ਕੋਈ ਮਕਸਦ ਨਹੀਂ ਹੈਗਾ। ਈਵਨ ਉਦੋਂ ਉਹ ਇਹ ਵੀ ਬੋਲਦਾ ਹੈ ਕਿ ਕੁੜੀ ਜੋ ਕਹਿੰਦੀ ਹੈ ਕਿ ਮੈਂ ਤੇਰੇ ਪੈਸੇ ਵੀ ਵਾਪਸ ਕਰ ਦੂੰਗਾ, ਵੀ ਮੈਨੂੰ ਕੋਈ ਉਹ ਚੀਜ਼ ਨਹੀਂ, ਬਟ ਆਈ ਵੋਂਟ ਕਿ ਤੂੰ ਮੇਰੇ ਹਮੇਸ਼ਾ ਟੱਚ ਦੇ ਵਿੱਚ ਰਵੇਂ, ਵੀ ਤੂੰ ਆਪਣਾ ਵਿਆਹ ਕਰਾ ਲਾ, ਮੈਂ ਤੇਰੀ ਲਾਈਫ ਵੀ ਨਹੀਂ ਖਰਾਬ ਕਰਨਾ। ਚਲੋ ਇੱਕ ਵਧੀਆ ਇਨਸਾਨ ਵਾਂਗੂ ਉਹਨੇ ਚਲੋ ਉਹ ਗੱਲ ਕੀਤੀ। ਉਹ ਕਹਿੰਦੀ ਹੈ ਕਿ ਤੂੰ ਵਿਆਹਿਆ ਹੋਇਆ ਸੀ ਅਤੇ ਤੂੰ ਮੈਨੂੰ ਦੱਸਿਆ ਕਿਉਂ ਨਹੀਂ, ਅਤੇ ਉਹ ਬੋਲਦਾ ਕਹਿੰਦਾ ਜੇ ਤੈਨੂੰ ਪਤਾ ਲੱਗ ਜਾਂਦਾ ਮੈਂ ਵਿਆਹਿਆ ਹੋਇਆ ਆ, ਤੂੰ ਕਦੇ ਵੀ ਮੇਰੇ ਨਾਲ ਰਿਲੇਸ਼ਨਸ਼ਿਪ 'ਚ ਨਹੀਂ ਹੋਣਾ ਸੀ, ਮੈਨੂੰ ਤੂੰ ਚੰਗੀ ਲੱਗਦੀ ਸੀ, ਮੇਰੀ ਵਾਈਫ ਦੇ ਨਾਲ ਮੇਰੇ ਥੋੜ੍ਹੇ ਜਿਹੇ ਡਿਸਪਿਊਟ ਚੱਲਦੇ ਨੇ, ਜੋ ਉਹਦੀਆਂ ਬੋਲੀਆਂ ਹੋਈਆਂ ਗੱਲਾਂ ਨੇ ਇਹ ਜੋ ਹੈਗੀਆਂ ਕਈਆਂ ਸੁਣੀਆਂ। ਫਿਰ ਉਸ ਤੋਂ ਬਾਅਦ ਜਿਹੜੀ ਉਹ ਕੁੜੀ ਆ ਕੈਲੀਫੋਰਨੀਆ ਵਾਲੀ, ਮੈਂ ਉਹਦੇ ਕਿਉਂਕਿ ਉਹ ਸਿਟੀਜ਼ਨ ਹੈਗੀ ਆ USA ਦੀ, ਪਰ ਉਹਦੇ ਨਾਨਕੇ ਦਾਦਕੇ ਜਲੰਧਰ ਵਾਲਾ ਏਰੀਆ ਪੈਂਦਾ ਆ, ਸੋ ਉੱਥੇ ਦੇ ਰਹਿਣ ਵਾਲੇ ਨੇ, ਦੁਆਬੇ ਦੇ ਨੇ ਉਹਦੇ ਪੇਰੈਂਟਸ।
ਸੋ ਉਹਦੇ ਮੰਮੀ ਨਾਲ ਵੀ ਮੇਰੀ ਗੱਲ ਹੋਈ, ਉਹਦੀ ਮੰਮਾ ਨੇ ਵੀ ਦੱਸਿਆ ਕਿ ਕਿੱਦਾਂ ਇਹ ਕੁੜੀ ਉਹਦੇ ਨਾਲ ਗੱਲ ਕਰਦੀ ਸੀ। ਅਰਸ਼ ਬੈਨੀਪਾਲ ਨੇ ਉਹਦੀ ਮੰਮੀ ਨੂੰ ਵੀ ਕਿਹਾ ਸੀਗਾ ਕਿ ਮੈਨੂੰ ਤੁਹਾਡੀ ਕੁੜੀ ਦਾ ਰਿਸ਼ਤਾ ਚਾਹੀਦਾ ਆ। ਸੇਮ ਉਹਦੀ ਇੱਦਾਂ ਹੀ ਜਿਹੜੀ ਹੈਗੀ ਆ ਚੰਡੀਗੜ੍ਹ ਵਾਲੀ ਕੁੜੀ ਆ ਉਹਦੇ ਨਾਲ ਵੀ ਇੱਦਾਂ ਸੀ ਅਤੇ ਹੋਰ ਵੀ ਬਹੁਤ ਸਾਰੀਆਂ। ਉਹ ਕੁੜੀ ਨੇ ਉੱਥੇ ਗੱਲ ਖਤਮ ਕਰ ਦਿੱਤੀ ਹੈ। ਜਨਵਰੀ ਇਸ ਸਾਲ ਦੀ ਜਨਵਰੀ ਜਿਹੜੀ ਹੈਗੀ ਆ ਲਾਸਟ ਉਹਨੂੰ ਪਤਾ ਲੱਗਦਾ ਆ, ਉਹ ਕਿਉਂਕਿ ਉਹ ਚਾਹੁੰਦੀ ਨਹੀਂ ਸੀਗੀ। ਉਹਨੇ ਵਾਰ ਵਾਰ ਇਹ ਵੀ ਬੋਲਿਆ ਕਿ ਮੈਨੂੰ ਹੈ ਠੀਕ ਆ, ਉਹ ਖੁਸ਼ ਰਹੇ, ਆਪਣੀ ਵਾਈਫ ਨਾਲ ਲੋਇਲ ਰਹੇ। ਇਹ ਉਸ ਕੁੜੀ ਦੀ ਸਟੇਟਮੈਂਟ ਆ। ਫਿਰ ਉਸ ਤੋਂ ਬਾਅਦ ਕੀ ਹੁੰਦਾ ਆ, ਉਹ ਉਸ ਤੋਂ ਬਾਅਦ ਇਹਦੀ ਅਰਸ਼ ਬੈਨੀਪਾਲ ਨੇ ਕੋਈ ਸੌਂਗ ਕੀਤਾ, ਇਹਦੀ ਕੋਈ ਮਾਡਲ ਆ, ਇਹਦੀ ਜਿਹੜੀ ਮਾਡਲ ਆ ਉਹ ਮਾਡਲ ਵਾਰ ਵਾਰ ਉਸ ਕੁੜੀ ਨੂੰ ਜਿਹੜੀ ਕੈਲੀਫੋਰਨੀਆ ਵਾਲੀ ਕੁੜੀ ਆ ਉਹਨੂੰ ਕਹਿੰਦੀ ਹੈ ਕਿ ਮੈਂ ਤੇਰੇ ਆਈ ਹੈਵ ਟੇਕਨ ਯੂਅਰ ਮੈਨ, ਹੈ ਨਾ, ਮੈਂ ਤੇਰਾ ਬੰਦਾ ਲੈ ਲਿਆ, ਹੈ ਨਾ, ਮਤਲਬ ਜੋ ਇਹ ਚੀਪ ਗੱਲਾਂ ਕਰਦੀ ਆ ਅਤੇ ਉਹ ਇਹ ਵੀ ਉਹਨੂੰ ਬੋਲਦਾ ਹਾਂ ਮੈਂ ਇਹਦੇ ਨਾਲ ਰਿਲੇਸ਼ਨ ਬਣਾ ਲਿਆ, ਦੱਸ ਤੂੰ ਕਰੇਂਗੀ। ਉਹਨੂੰ ਗੁੱਸਾ ਆਉਂਦਾ ਆ, ਉਹ ਕਹਿੰਦੀ ਕਿ ਤੈਨੂੰ ਮੈਂ ਇਸ ਲਈ ਛੱਡਿਆ ਕਿ ਤੂੰ ਆਪਣੀ ਵਾਈਫ ਦੇ ਨਾਲ ਰਿਲੇਸ਼ਨ ਰੱਖ, ਮੈਂ ਤੈਨੂੰ ਇਸ ਲਈ ਨਹੀਂ ਛੱਡਿਆ ਹੈਗਾ, ਜਾਂ ਮੈਂ ਚੁੱਪ ਬੈਠ ਕੇ ਸਾਰਾ ਕੁਛ ਖਤਮ ਕਰਤਾ, ਮੈਂ ਇਸ ਲਈ ਖਤਮ ਕਰਤਾ ਸੀਗਾ ਕਿ ਤੇਰੀ ਜ਼ਿੰਦਗੀ 'ਚ ਇੱਕ ਔਰਤ ਆ, ਮੈਂ ਨਹੀਂ ਚਾਹੁੰਦੀ ਤੇਰੇ ਬੱਚੇ ਦਾ ਅਤੇ ਉਹਦਾ ਘਰ ਖਰਾਬ ਹੋਵੇ, ਕਿਉਂਕਿ ਅਤੇ ਮੈਂ ਇਸ ਲਈ ਤੈਨੂੰ ਛੱਡਤਾ ਸੀ, ਪਰ ਇਹਦਾ ਮਤਲਬ ਤੂੰ ਆਪਣੀ ਵਾਈਫ ਨਾਲ ਵੀ ਲੋਇਲ ਨਹੀਂ ਹੈਗਾ ਅਤੇ ਤੂੰ ਹੋਰ ਕੁੜੀਆਂ ਦੇ ਨਾਲ ਹਜੇ ਵੀ, ਜੋ ਇਹ ਸੱਚ ਇਹਦੇ ਵਿੱਚ ਕੋਈ ਝੂਠ ਨਹੀਂ, ਮੈਂ ਵੈਰੀਫਾਈ ਕੀਤੀਆਂ ਸਾਰੀਆਂ ਚੀਜ਼ਾਂ। ਅਕਸਰ ਹੀ ਜਿਹੜੇ ਸਾਡੀ ਇਸ ਇੰਡਸਟਰੀ ਦੇ ਲੋਕ ਆ, ਇਸ ਇੰਡਸਟਰੀ ਦੇ ਕੀ ਹਰ ਜਗ੍ਹਾ ਦੇ ਉੱਤੇ ਵਿਆਹ ਹੁੰਦੇ ਆ, ਹੋਰ ਕਿਤੇ ਅਫੇਅਰ ਚੱਲਦਾ, ਇੱਕ ਇਹਨਾਂ ਨੂੰ ਇਹ ਲੱਗਦਾ ਕਿ ਇਹ ਜਿਹੜਾ ਹੈਗਾ ਆ ਅਡਲਟਰੀ ਆ ਜਿਹੜੀ ਇਹ ਮਤਲਬ ਡੀਕ੍ਰਿਮੀਨਲਾਈਜ਼ ਹੋ ਗਈ ਆ, ਪਰ ਇਹ ਗਰਾਊਂਡ ਆਫ ਡਾਇਵੋਰਸ ਹੈਗਾ ਆ। ਅਤੇ ਦੂਜੀ ਗੱਲ ਆ ਜਿਹੜੀ, ਫਿਰ ਅਰਸ਼ ਬੈਨੀਪਾਲ ਦੇ ਫਰੈਂਡ ਨੇ ਮੈਨੂੰ ਕਾਲ ਕੀਤੀ, ਉਹ ਕਹਿੰਦਾ ਕਿ ਉਹਨੇ ਇਸ ਕੁੜੀ ਬਾਰੇ ਬਹੁਤ ਗਲਤ ਬੋਲਿਆ, ਕਹਿੰਦਾ ਕੁੜੀ ਬਹੁਤ ਗਲਤ ਆ। ਮੈਂ ਕਿਹਾ ਜੀ ਪਰੂਫ ਕਰੋ, ਅਤੇ ਫਿਰ ਕਹਿੰਦਾ ਕੋਈ ਪੈਸੇ ਨਹੀਂ ਲਏ ਟਿਕਟ ਆ ਸ਼ੋਅ ਦਾ, ਮਤਲਬ ਅਲੱਗ ਅਲੱਗ ਜੋ ਗੱਲਾਂ ਸੀਗੀਆਂ, ਚਲੋ ਪਰੂਫ ਹੈਗੇ ਆ, ਮੇਰੇ ਕੋਲ ਪਰੂਫ ਆਏ ਹੋਏ ਆ, ਕੁੜੀ ਨੇ $15,000 ਜਿਹੜੇ 5,000 ਇਹਨੂੰ ਕੈਸ਼ ਦੇ ਅਲੱਗ ਅਲੱਗ ਓਕੇਜ਼ਨ 'ਤੇ ਜਿਹੜੇ ਇਹਨੂੰ ਦਿੱਤੇ ਸੀਗੇ ਅਰਸ਼ ਬੈਨੀਪਾਲ ਨੂੰ ਪੈਸੇ। ਅਤੇ ਫਿਰ ਗੱਲ, ਹਾਂ, ਅਤੇ ਫਿਰ ਉਹਦਾ ਦੋਸਤ ਮੈਨੂੰ ਇਹ ਗੱਲ ਵੀ ਕਹਿੰਦਾ ਆ ਕਿ ਇਹ ਕੁੜੀ ਖਰਾਬ ਆ, ਕੁੜੀ ਦਾ ਪਹਿਲਾਂ ਵਿਆਹ ਹੋਇਆ ਹੋਇਆ ਸੀਗਾ, ਇਹਦਾ ਇੱਕ ਬੱਚਾ ਆ। ਚਲੋ ਵੈਸੇ ਤਾਂ ਉਹਦਾ ਵਿਆਹ ਨਹੀਂ ਹੋਇਆ, 27 ਸਾਲਾਂ ਦੀ ਕੁੜੀ ਆ ਉਹਦਾ, ਸ਼ੀ ਇਜ਼ ਨੈਵਰ ਮੈਰਿਡ, ਅਤੇ ਉਹ ਇੱਕ ਵਾਰ ਉਹਦਾ ਮਿਸਕੈਰੇਜ ਹੋਇਆ, ਉਹ ਵੀ ਅਰਸ਼ ਬੈਨੀਪਾਲ ਦੇ ਬੱਚੇ ਦਾ ਹੋਇਆ ਆ, ਨਾ ਕਿ ਕਿਸੇ ਹੋਰ ਦੇ ਬੱਚੇ ਦਾ, ਜੋ ਸੱਚਾਈ ਆ। ਪਰ ਉਸ ਬੰਦੇ ਨੇ ਬੋਲਿਆ ਕਿ ਇਹ ਕੁੜੀ ਪਹਿਲਾਂ ਹੀ ਮੈਰਿਡ ਆ ਅਤੇ ਇਹਦੀ ਇੱਕ ਕੁੜੀ ਆ 7 ਸਾਲ ਦੀ, ਕੁੜੀ 27 ਸਾਲਾਂ ਦੀ ਆ ਅਤੇ 7 ਸਾਲ ਦੀ ਬੱਚੀ ਉਹ ਵੀ ਕੈਲੀਫੋਰਨੀਆ ਵਰਗੇ ਸ਼ਹਿਰ ਦੇ ਵਿੱਚ, ਸੋ ਨੋਟ ਪੋਸੀਬਲ, ਬਟ ਸਟਿਲ ਚਲੋ ਆਪਾਂ ਮੰਨ ਲੈਂਦੇ ਹਾਂ, ਹੈ ਨਾ, ਕਿ ਉਹ ਮੈਰਿਡ ਸੀਗੀ, ਉਹਦਾ ਕਿਸੇ ਹਿੰਦਾ ਸੋਹਲ, ਆਈ ਡੋਂਟ ਨੋ ਨਾਮ ਲੈ ਰਹੇ ਨੇ, ਮੈਸੇਜ ਆਇਆ ਕਿਸੇ ਹਿੰਦਾ ਸੋਹਲ ਦੇ ਨਾਲ ਉਸ ਕੁੜੀ ਦਾ ਵਿਆਹ ਹੋਇਆ ਹੋਇਆ ਸੀਗਾ, ਅਤੇ ਮੈਨੂੰ ਤਾਂ ਹਜੇ ਤੱਕ ਕੋਈ ਹਿੰਦਾ ਸੋਹਲ ਨਹੀਂ ਲੱਭਿਆ। ਦੂਜੀ ਗੱਲ, ਜਸਟ ਸਪੋਜ਼ ਕਿ ਜੇ ਆਪਾਂ ਸੋਚ ਵੀ ਲਈਏ ਕਿ ਉਹ ਮੈਰਿਡ ਸੀਗੀ, ਉਹਦਾ ਡਾਈਵੋਰਸ ਹੋਇਆ ਹੋਇਆ ਸੀਗਾ, ਤਾਂ ਦਿਸ ਇਜ਼ ਨੋਟ ਅ ਬਿਗ ਡੀਲ। ਜੇ ਉਹ ਮੈਰਿਡ ਸੀਗੀ, ਉਹ ਡਾਈਵੋਰਸ ਸੀਗੀ, ਡਾਈਵੋਰਸ ਦਾ ਉਹ ਆਪਦੇ ਹਸਬੈਂਡ ਨਾਲ ਨਹੀਂ ਰਹਿ ਰਹੀ, ਇੱਕ ਡਾਈਵੋਰਸ ਹੋ ਗਈ, ਇੱਕ ਸਿੰਗਲ ਲੇਡੀ ਆ, ਈਵਨ ਉਹਦੀ ਬੱਚੀ ਵੀ ਆ, ਉਹ ਕਿਸੇ ਦੇ ਨਾਲ ਵੀ ਰਿਲੇਸ਼ਨਸ਼ਿਪ 'ਚ ਜਾ ਸਕਦੀ ਆ। ਪਰ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਝੂਠ ਬੋਲ ਕੇ, ਕਦੇ ਇੱਕ ਕੁੜੀ, ਦੋ ਕੁੜੀ, ਤਿੰਨ ਕੁੜੀ, ਕਦੇ ਕੋਈ ਕੁੜੀ, ਕਦੇ ਕੋਈ ਕੁੜੀ, ਤੁਸੀਂ ਕੁੜੀਆਂ ਦੇ ਨਾਲ ਖੇਡਦੇ ਰਹੋ। ਇਹ ਇੰਡਸਟਰੀ ਦਾ ਜਿਹੜਾ ਹੁਣ ਇਹ ਮੀ ਟੂ ਪੰਜਾਬ ਜਿਹੜਾ ਚਲਾਇਆ ਆ, ਮੈਂ ਕੌਰ ਮੂਵਮੈਂਟ ਦੇ ਨਾਲ, ਮੈਂ ਇਹਨਾਂ ਦੇ ਨਾਲ ਆ। ਅਤੇ ਫਿਰ ਮੈਨੂੰ ਇੱਕ ਸਵਾਲ ਹੋਰ ਪੁੱਛਿਆ ਗਿਆ ਸੀਗਾ ਕਿ ਜਿਹੜਾ ਅਰਸ਼ ਬੈਨੀਪਾਲ ਆ, ਉਹ ਤਾਂ ਵਿਨੀਪੈਗ ਦਾ ਰਹਿਣ ਵਾਲਾ ਆ, ਉਹ ਕੈਨੇਡਾ ਦਾ PR ਆ, ਇੰਡੀਆ ਦੇ ਵਿੱਚ ਉਹਦੇ ਅਗੇਂਸਟ ਕੰਪਲੇਂਟ ਕਿੱਦਾਂ ਮੂਵ ਹੋ ਸਕਦੀ ਹੈ, ਅਤੇ ਕੁੜੀ ਕੈਲੀਫੋਰਨੀਆ ਤੋਂ ਆ। ਤਾਂ ਲੈਟ ਮੀ ਟੈਲ ਯੂ ਐਵਰੀਵਨ, ਜਿੰਨੇ ਵੀ NRI ਹੁੰਦੇ ਆ, ਜਿਹੜੇ NRI ਸੈੱਲ ਆ, ਉਹ ਬੇਸਿਕਲੀ ਜਿਹੜੇ ਨੋਨ ਰੈਜੀਡੈਂਟ ਆਫ ਇੰਡੀਆ ਹੁੰਦੇ ਨੇ ਉਹਨਾਂ ਦੇ ਹੀ ਕੇਸਿਸ ਨੂੰ ਡੀਲ ਕਰਦਾ ਆ। NRI ਸੈੱਲ ਦੇ ਵਿੱਚ ਜਿਹੜੇ ਜੇ ਉਹ PR ਕੈਨੇਡਾ ਦਾ ਆ, ਤਾਂ ਉਹ ਸਿਟੀਜ਼ਨ ਤਾਂ ਇੰਡੀਆ ਦਾ ਹੀ ਆ, ਉਹਦੇ ਕੋਲ ਪਾਸਪੋਰਟ ਤਾਂ ਇੰਡੀਆ ਦਾ ਹੀ ਆ, ਠੀਕ ਆ, ਅਤੇ ਉਹ ਪੀਪਲ ਆਫ ਇੰਡੀਅਨ ਓਰੀਜਨ ਆ, ਅਤੇ ਉਹਨਾਂ ਦੇ ਇੱਥੇ ਕੇਸ ਆਰਾਮ ਨਾਲ ਚੱਲ ਸਕਦਾ, ਉਹਦੀ ਕੰਪਲੇਂਟ ਇੱਥੇ ਸੁਣੀ ਵੀ ਜਾਊਗੀ। ਮੈਂ ਉਸ ਕੇਸ ਨੂੰ ਡੀਲ ਕਰ ਰਹੀ ਹਾਂ, ਐਂਡ ਮੈਨੂੰ ਪਹਿਲਾਂ ਸੀਗਾ ਕਿ, ਕਿਉਂਕਿ ਕੁੜੀ ਨੇ ਵੀ ਮੈਨੂੰ ਕਿਹਾ, ਕਹਿੰਦੀ ਦੀਦੀ ਮੈਨੂੰ ਕੁਛ ਨਹੀਂ ਚਾਹੀਦਾ, ਆਈ ਜਸਟ ਵਾਂਟ ਅਪੋਲੋਜਾਈ ਫਰੋਮ ਅਰਸ਼ ਬੈਨੀਪਾਲ, ਐਂਡ ਮੈਨੂੰ ਹੈ ਕਿ ਉਹ ਸਿਰਫ ਮਾਫ਼ੀ ਮੰਗੇ ਆਪਣੀ ਗਲਤੀ ਦੀ, ਅਤੇ ਉਹ ਵਾਅਦਾ ਕਰੇ ਕਿ ਉਹ ਆਪਦੀ ਵਾਈਫ ਦੇ ਨਾਲ ਲੋਇਲ ਰਹੂਗਾ ਅਤੇ ਕਿਸੇ ਹੋਰ ਦੇ ਨਾਲ ਰਿਲੇਸ਼ਨ ਨਹੀਂ ਬਣਾਊਗਾ, ਉਹ ਕਿਸੇ ਹੋਰ ਕੁੜੀ ਨੂੰ ਮਿਸਯੂਜ਼ ਨਹੀਂ ਕਰੂਗਾ, ਕਿਸੇ ਹੋਰ ਕੁੜੀ ਨੂੰ ਪੈਸੇ ਜਾਂ ਸੈਕਸੁਅਲ ਅਬਿਊਸ ਨਹੀਂ ਕਰੂਗਾ। ਪਰ ਉਹ ਕਹਿੰਦੀ ਮੈਂ ਛੱਡ ਵੀ ਦਿੱਤਾ ਇਸੇ ਕਰਕੇ ਸੀਗਾ, ਕਹਿੰਦੀ ਪਰ ਮੈਂ ਜਦੋਂ ਦੇਖਿਆ ਕਿ ਉਹ ਦੁਬਾਰਾ ਇਹੋ ਜਿਹੀ ਹਰਕਤਾਂ ਕਰੀ ਜਾਂਦਾ ਆ, ਕਹਿੰਦੀ ਤਾਂ ਕਰਕੇ ਮੈਂ ਆਇਆ। ਔਰ ਇਹੋ ਜਿਹੇ ਕੇਸ ਇੱਕ ਨਹੀਂ, ਬਹੁਤ ਸਾਰੇ ਦੇਖਣ ਨੂੰ ਮਿਲਦੇ ਆ ਅਤੇ ਹੈਗੇ ਵੀ ਆ, ਔਰ ਆਪਾਂ ਇਸ ਇੰਡਸਟਰੀ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ।
बहुत सारे नाम मी टू पंजाब हैशटैग मी टू पंजाब के थ्रू सामने भी आया, बहुत नामवर सिंगर के खिलाफ तो डायरेक्टर के खिलाफ एक्ट्रेस के खिलाफ साढ़े को केस पहुँचे ने, पर असी इस केस से ध्यान दिता क्यों, क्योंकि जिदे सॉलिड प्रूफ होन उहदे ते चलना चाहिए, बिना उहदे ते चलना नहीं चाहिए। सीधी जी गल है। तो हम दूजी गल जी पंजाबी मैं सुनते हैं उन्होंने पंजाबियों को थोड़ा वंगार आ जो गुरदास मान साहब ने पंजाबी माँ बोली लैके हिंदी मासी बोलिया उदोबियों ने उसे शो के उत्ते रौला पाना शुरू करता था। उदू बाद उन्होंने गाला कटिया, चलो गलत आ बहुत जड़िया चीज़ें गलत आ। फिर गुरनाम भुलर ने अपने एक फैन तो जो फोटो ना लैके उन्होंने सिर्फ इन्ना बोलता सीगा थले चले जाता, सारे पासे गुरनाम भुलर दी दे खिलाफ नारेबाजी होने लग गई सी कि गुरनाम भुलर जे तेनों असी चाढ़िया आया तो असी तारन वाले भी तुसी भी थोनू। हुण मैं उन्हां सारे लोगों कि हुण तो एक धी दे नाल नहीं किन्नियां धीआं नाल ये लोग गलत करते हैं। हुण पंजाबी थोड़ा जमीर कित्थे आ, हुण थोड़े वालों आवाज़ उठनी चाहिए आ। उपर दी अर्श बैनीपाल बार बार ईवन हुण उस तों बाद भी उहदे मुंडे नूं भी मैं समझाता सी जिहड़ा गलत बोल रहा बिशंबर नूं बोल रहा कि बिशंबर नूं चार बंदे किडनैप करन आ रहे, मेरे कोल प्रूफ पए ने, ठीक है किडनैप कर लियो, नाम भी ले जाते हैं जी, हाँ जी इन्हू किडनैप करना ये वो शरेआम, और इन्नी गंदी अब्यूसिव लैंग्वेज यूज करते हैं, गश्ती बोलिया जा रहा उन्होंने, एंड खच औरत उन्हें जड़िया कुड़िया एदा विक्टम आ जी कुड़ी आ कैलीफोर्निया वाली साथ दे दी ने उन्होंने खच औरत कह के अर्श बैनीपाल साफ आपकी स्नैपचैट से स्टोरीज पा रहा एंड बोल रहा कि मूसे वाला मेरा सपोर्टर आ। मैं लानत पाउनी हाँ तुम एक पासे किन्ने वधिया सोंग करते हो दूजे पासे, एंड करण औजला ने भी स्टोरी पाई है कि मैं फुल सपोर्ट हाँ बाई दी, बाई जी तुम ऊँ तो बड़िया बड़िया गल्लां करते हो, मैंने तुहाडे तो उम्मीद नहीं सी, छोटे उम्र तुसीं क्या बनकियां 21 सालों का न्याणा एडी एडी तक पहुँच गया, तो अज मैं कल्ले कल्ले नूं ये गल बोल रही हाँ जे हैगे हो तो यारी दोस्त नहीं सच का साथ दवो। मैं साफ बोल दी हाँ कि जदों कदे भी जो पंजाबी असली हुंदा कि जे साढ़े भैन भाई चो भी कोई गलत करता ना इंसान उही हुंदा सच्चा पंजाबी उही हुंदा अणखी पंजाबी उही हुंदा जेड़ा उस चीज़ के खिलाफ खड़ा होवे चाहे फिर वह सका भाई क्यों ना होवे। ठीक है जिन्हें गलत किया वह गलत आ। मैं कल भी उन्होंने कहा कि मैं क्या मैनू प्रूफ दो जी अर्श सही होगा असी अर्श का साथ देवे बिकॉज साडे लई सच का साथ देना असी हक सच की लड़ाई लड़ते हैं फाइट फॉर राइट इज फॉर ट्रुथ। तो दूजी गल ईवन जिहड़ा कौर मूवमेंट आ जां हैशटैग मी टू पंजाब आ वो सिर्फ कुड़ियां दीआं गल्लां नहीं सुनदा, जिहड़ियां कुड़ियां झूठियां वो करदियां ने उहनां दे वी खिलाफ खड़ा आ। तो मैं शुरू तों इह गल बोली आ कि मैं जां मेरी ऑर्गेनाइजेशन जां मेरे नाल जिहड़े जुड़े होए लोग ने वो सारे सिर्फ ये नहीं देखदे कि एक कुड़ी नाल धक्का होया, ये देखदे कि कुड़ी वाकई सच बोल रही आ, किते धक्का मुंडे नाल तां नहीं हो रहा। सो ये सारिया चीज़ां मैटर करदियां ने। ठीक सो हुण उन्हें हुण ही वह बोल रहा है कि मैं प्राइम टीवी के उत्ते अपनी इंटरव्यू देख आया हाँ तो मैं उस कुड़ी दे सारिया वीडियो लीक करूँगा, ये पहली गल है जो चैनल वाले भी लीक करते उन्होंने भी डेफिमेशन होगी। जे कोई सैक्स अब्यूज का शिकार विक्टम होंगी आ विक्टम की आइडेंटिटी कितने भी पोस्ट नहीं की जा सकती, विक्टम का नाम तक नहीं लिया जा सकता। जे न्यूज़ चैनल वाले जेडे भी प्राइम एशिया न्यूज़ चैनल जिन्हों सरी दे विच इंटरव्यू देके आया वो कह रहा है कि मैं उत्थे कुड़ी दियां फोटोज पाईआं, वो चाहे जब तक कोर्ट डिसाइड नहीं करती जब तक पुलिस डिसाइड नहीं करती हैगी कि केस क्या वो कुड़ी दियां फोटोज भी नहीं ला सकता, दैट इज क्राइम, वो हुण दूजा क्राइम। और मैनू तो नहीं लगता कि कोई भी चैनल वाला इन्ना बेवकूफ होगा कि वोदियाँ फोटोज लाऊगा, मैनू नहीं लगता कि चैनल वाले आ चीज़ा करनगे। बाकी जे चीज़ा लगदियां ने ठीक है भी आह चीज़ हो ही आ जाए इदा है जो जिहड़ियां भी चीज़ा बोलता है वह इतने भी प्रूफ दे सकता सी, उन्हें मीडिया से जाने की लोड़ नहीं सी, वह बोल सकता सीगा, उदों दे गिद्दड़ धमकियां दे जांदे आ गलत गलत बोली जांदे आ। मैं कल भी उहदे नाल दे दो जणे नूं समझाया, मैं क्या कुड़ियां बारे तुसीं गलत ना बोलियो, तुसीं सॉलिड हो अपने सही जगह ते आ गए। मैं फिर उही गल बोलदी हाँ कुड़ी भावें प्रोस्टीट्यूट भी होवे किसी नूं कोई हक नहीं हैगा उहदे नाल गलत बिहेव करके रिलेशन बना के उत्थों पैसे ठेपणा ते उहनूं झूठ बोलण दा थोनू रिलेशन बनाने का हक आ, तुसी बनाओ, मैं कहनी हाँ थोनू फ्रीडम आ फुल सबनों, पर कंसेंट थोड़ी टोटली फ्री होनी चाहिए, कुड़ी की कंसेंट भी टोटली फ्री होनी चाहिए, मुंडे की भी। जो कंसेंट किसी भी झूठ बोल के प्रभाव अधीन ले जाती है कंसेंट फ्री नहीं होंगी, एंड वो कंसेंट का मतलब सीधी जी गल सेक्सुअल हैरासमेंट होंगी आ। झूठ बोल के तुसी रिलेशन बनाओगे वो गलत आ, तो गलत मनिया जाऊगा, तो हुण थोड़े सीधी जी गल हूँ मैं पंजाबियों वंगारा जे तुसी वाकई सच्चे हो
ਜੇ ਬਾਕੀ ਤੁਹਾਡਾ ਜ਼ਮੀਰ ਜਾਗਦਾ ਹੈ ਫਿਰ ਹੁਣ ਉਸ ਕੁੜੀ ਦੇ ਨਾਲ ਖੜੇ ਹੋਵੋ। ਮੈਂ ਨਹੀਂ ਕਹਿ ਰਹੀ ਕਿ ਕੁੜੀ ਦੇ ਨਾਲ ਉਦਾਂ ਖੜੇ ਹੋਵੋ ਜਾਂ ਕਿੱਦਾਂ, ਮੈਂ ਵੈਰੀਫਾਈ ਕੀਤਾ ਆ। ਅੱਜ ਤੁਹਾਡੇ ਸਾਥ ਦੀ ਲੋੜ ਆ, ਜੋ ਉਸ ਕੁੜੀ ਦੇ ਨਾਲ ਖੜੇ ਹੋਵੋ। ਹੁਣ ਕਿੱਥੇ ਆ ਉਹਦੇ ਫੈਨ ਆ ਜਿਹੜੇ ਬਲਾਇੰਡ ਫੈਨ ਆ, ਬੋਲ ਕੇ ਕਦੇ ਕੁਛ ਬੋਲ ਰਹੇ ਕੁੜੀ ਨੂੰ, ਕਿਉਂਕਿ ਜਦੋਂ ਵੀ ਪਤਾ ਹੈ ਕਿ ਕੁੜੀ ਅੱਗੇ ਆਉਂਦੀ ਹੈ, ਕੁੜੀਆਂ ਕਿਉਂ ਨਹੀਂ ਅੱਗੇ ਆਉਂਦੀਆਂ, ਕਿਉਂਕਿ ਉਹਨਾਂ ਨੂੰ ਡਿਫੇਮ ਕਰ ਦਿੱਤਾ ਜਾਂਦਾ ਆ, ਉਹਨਾਂ ਨੂੰ ਗਲਤ ਬੋਲਿਆ ਜਾਂਦਾ ਆ, ਫਿਰ ਕੁੜੀ ਦਾ ਪਾਸਟ ਕਰੈਕਟਰ ਲਿਆ ਲਿਆ ਕੇ ਸਾਹਮਣੇ ਲੈ ਖੜਾ ਕਰ ਦਿੱਤਾ ਜਾਂਦਾ। ਹੋ ਸਕਦਾ ਕੁੜੀ ਦਾ ਐਕਸ ਬੁਆਏਫ੍ਰੈਂਡ ਹੋਵੇ ਜਿਹਨੂੰ ਉਹਦਾ ਵਿਆਹ ਹੋਇਆ, ਉਹ ਕੁੜੀ ਦੇ ਟੈਟੂ ਤੱਕ ਬਣਿਆ ਹੋਇਆ ਸ਼ਿਬਾਨੀ ਬਾਲ ਦਾ, ਠੀਕ ਆ। ਦੋ ਡੇਢ ਸਾਲ ਉਹ 2017 ਦੀ ਫਰਵਰੀ ਤੋਂ ਲੈ ਕੇ 19 ਦੀ ਜਨਵਰੀ ਤੱਕ ਉਹ ਰਿਲੇਸ਼ਨਸ਼ਿਪ 'ਚ ਰਹੇ ਆ। 2 ਸਾਲ ਕੋਈ ਮਾੜੀ ਮੋਟੀ ਗੱਲ ਤਾਂ ਹੁੰਦੀ ਨੀ ਗੀ, ਠੀਕ ਆ। 2 ਸਾਲ ਉਹ ਕੁੜੀ ਨੂੰ ਉੱਲੂ ਬਣਾਉਂਦਾ ਰਿਹਾ ਆ, ਤੇ ਫਿਰ ਉਦੋਂ ਬਾਅਦ ਉਹ ਆਪਦੀਆਂ ਮਾਡਲ ਪਤਾ ਨੀ ਕੋਵਰਕਰ ਹੋਰ ਕਿੰਨੀਆਂ ਕੁੜੀਆਂ ਆ ਜਿਨ੍ਹਾਂ ਦੇ ਨਾਲ, ਇਹ ਸਿਰਫ ਅਰਸ਼ ਬੈਨੀਪਾਲ ਦੀ ਕਹਾਣੀ ਨੇ, ਕਿੰਨਿਆਂ ਦੀ ਕਹਾਣੀ ਆ। ਇਹਨਾਂ ਨੇ ਨਾ ਖੇਲ ਬਣਾ ਰੱਖੀ ਆ, ਤਾਂ ਹੀ ਤਾਂ ਆਪਦੇ ਗਾਣਿਆਂ ਦੇ ਵਿੱਚ ਗਾਉਂਦੇ ਆ ਤੇ ਕਿੰਨੀਆਂ ਤੇਰੇ ਪਿੱਛੇ ਛੱਡੀਆਂ ਜਾ, ਮਤਲਬ ਕੁੜੀਆਂ ਦੇ ਲਈ ਇਹਨਾਂ ਨੇ ਮਖੌਲ ਬਣਾ ਰੱਖਿਆ ਆ। ਹਾਂਜੀ, ਇੱਕ ਆਈ ਦੂਜੀ ਆਈ, ਤੇ ਜੇ ਇਹੀ ਗੱਲ ਕੁੜੀ ਬੋਲਦੀ ਫਿਰ ਕੁੜੀ ਕਰੈਕਟਰਲੈਸ ਆ। ਹੁਣ ਮੈਨੂੰ ਉਹ ਲਾਈਨ ਪੂਰੀ ਤਰ੍ਹਾਂ ਯਾਦ ਆ ਜਿਹੜੀ ਕਹਿੰਦੇ ਕਿ ਕਹਿੰਦੇ ਅੰਕਰੇ ਤੋਂ ਰਾਸ ਲੀਲਾ ਤੁਮ ਕਰੋ ਤੋ ਕਰੈਕਟਰ ਢੀਲਾ, ਨਹੀਂ ਕੁੜੀਆਂ ਦਾ, ਹਾਂ ਤੁਮ ਕਰੋ ਤੋ ਰਾਸ ਲੀਲਾ ਹਮ ਕਰੇ ਤੋ ਕਰੈਕਟਰ ਢੀਲਾ। ਹਾਂਜੀ, ਤੁਸੀਂ ਕਰੋ ਮੁੰਡਿਆਂ ਦੀ ਰਾਸ ਲੀਲਾ ਆ ਤੇ ਕੁੜੀਆਂ ਕਰਦੀਆਂ ਨੇ ਉਹਨਾਂ ਦਾ ਕਰੈਕਟਰ ਢਿੱਲਾ ਆ। ਕੁੜੀਆਂ ਦੇ ਉੱਤੇ ਤੁਸੀਂ ਇੱਕਦਮ ਇਲਜ਼ਾਮ ਲਾਉਣ ਨੂੰ ਤਿਆਰ ਹੋ ਜਾਂਦੇ ਆ, ਪਰ ਪਹਿਲਾਂ ਤੁਸੀਂ ਆਪਣੇ ਅੰਦਰ ਝਾਤੀ ਮਾਰੀ ਆ ਕਿ ਤੁਸੀਂ ਵਿਆਹ ਬਾਰੇ ਹੋ ਕੇ ਆਪਣੀ ਘਰ ਵਾਲੀ ਨੂੰ ਘਰੇ ਛੱਡ ਕੇ ਤੁਸੀਂ ਇਹੋ ਜਿਹੇ ਕੰਮ ਕਰਦੇ ਆ, ਤੇ ਹੁਣ ਕਿੱਥੇ ਉਹ ਪੰਜਾਬੀ। ਹੁਣ ਮੈਂ ਪੰਜਾਬੀਆਂ ਨੂੰ ਕਹਿੰਦੀ ਹਾਂ, ਹੁਣ ਦੋ ਉਸ ਕੁੜੀ ਦਾ ਸਾਥ, ਹੁਣ ਕਿੱਥੇ ਤੁਹਾਡੀ ਵੰਗਾਰ ਜਦੋਂ ਤੁਸੀਂ ਬਾਕੀ ਚੀਜ਼ਾਂ ਦੇ ਵਿੱਚ ਖੜੇ ਹੋ ਜਾਂਦੇ। ਇੱਕ ਫੈਨ ਦਾ ਨਿਰਾਦਰ ਹੋ ਗਿਆ, ਤੁਸੀਂ ਖੜੇ ਹੋ ਗਏ, ਰੌਲਾ ਪਾ ਲਿਆ ਤੁਸੀਂ ਸਾਰਿਆਂ ਨੇ, ਹੁਣ ਲੋੜ ਆ, ਹੁਣ ਕਿਉਂ ਨੀ ਰੌਲਾ ਪਾ ਰਹੇ ਹੈਗੇ, ਹੁਣ ਰੌਲਾ ਪਾਓ, ਹੁਣ ਸੱਚ ਨੂੰ ਤੁਹਾਡੀ ਲੋੜ ਆ। ਐਵੀਡੈਂਸ ਸਾਰੇ ਹੈਗੇ, NRI ਸੈੱਲ ਦੇ ਵਿੱਚ ਕੰਪਲੇਂਟ ਆ, ਉਹਦੀ ਕੰਪਲੇਂਟ ਚੱਲੂਗੀ, ਉਹਨੂੰ ਸਜ਼ਾ ਦਵਾਈ ਜਾਊਗੀ। ਉਹਨੂੰ ਮੌਕਾ ਦਿੱਤਾ ਗਿਆ ਸੀਗਾ ਮਾਫ਼ੀ ਮੰਗੇ, ਪਰ ਉਹ ਤਾਂ ਚੰਮ ਲਿਆ ਫਿਰਦਾ ਆ, ਉਹਨੂੰ ਤਾਂ ਹਲੇ ਵੀ ਨਹੀਂ, ਉਹ ਖਰਚ ਜਨਾਨੀ ਪਤਾ ਨਹੀਂ ਕੀ ਬੋਲੀ ਜਾਂਦਾ ਆਪਦੀ ਸਨੈਪਚੈਟ ਤੇ। ਮੇਰੇ ਕੋਲ ਸਾਰੀਆਂ ਉਹਦੀਆਂ ਵੀਡੀਓਜ਼ ਆਈਆਂ ਹੋਈਆਂ ਨੇ, ਤੇ ਉਹਦੇ ਨਾਲਦਿਆਂ ਨੂੰ ਸ਼ਰਮ ਨਹੀਂ ਆਉਂਦੀ ਹੈਗੀ। ਐਂਡ ਮੇਰੀ ਜੇ ਅਰਸ਼ ਬੈਨੀਪਾਲ ਦੀ ਵਾਈਫ ਕਿਤੇ ਸੁਣਦੀ ਆ ਤੇ ਵਾਈਫ ਨੂੰ ਮੈਂ ਉਹਨਾਂ ਨੂੰ ਬੋਲਦੀ ਹਾਂ, ਆਪਣਾ ਹਸਬੈਂਡ ਹੈ ਜੀ, ਉਹ ਕੁੜੀ ਨੇ ਵੀ ਇਹੀ ਗੱਲ ਬੋਲੀ ਸੀਗੀ ਕਿ ਆਪਣੀ ਵਾਈਫ ਨਾਲ ਡੋਲ ਰਹਿ, ਉਹ ਤਾਂ ਤੁਹਾਡੇ ਹੱਕ ਦੇ ਵਿੱਚ ਖੜੀ ਆ, ਜੇ ਇਸ ਕੁੜੀ ਦੇ ਬਾਰੇ ਤੁਸੀਂ ਗਲਤ ਮਲਤ ਕਿਸੇ ਮੁੰਡੇ ਤੋਂ ਬੁਲਵਾਈ ਜਾਂਦੇ ਹੋ। ਕਿਉਂਕਿ ਕੱਲ੍ਹ ਮੈਨੂੰ ਮੁੰਡੇ ਨੇ ਕਿਹਾ ਕਿ ਮੈਨੂੰ ਭਾਬੀ ਦਾ ਫੋਨ ਆਇਆ ਸੀ, ਮੈਂ ਤਾਂ ਕਰਕੇ ਆਹ ਚੀਜ਼ਾਂ ਕਰ ਰਿਹਾ ਸੀਗਾ, ਜਿਹੜਾ ਮੋਹਾਲੀ ਤੋਂ ਇਹ ਚੀਜ਼ਾਂ ਕਰ ਰਿਹਾ ਆ। ਉਹਨੇ ਇਹ ਬੋਲਿਆ ਕਿ ਮੈਨੂੰ ਭਾਬੀ ਨੇ ਕਿਹਾ, ਮੈਂ ਤਾਂ ਕਰਕੇ ਕਰ ਰਿਹਾ ਸੀ। ਹੁਣ ਤੁਸੀਂ ਆਪ ਦੱਸੋ ਕਿ ਤੁਸੀਂ ਆਪ ਇੱਕ ਔਰਤ ਹੋ, ਉਹ ਕੁੜੀ ਨੇ ਬੋਲਿਆ ਕਿ ਤੂੰ ਆਪਦੀ ਵਾਈਫ ਨਾਲ ਲੋਇਲ ਰਹੇ, ਉਹਨੇ ਹੁਣ ਵੀ ਮੈਨੂੰ ਕੱਲ੍ਹ ਵੀ ਉਹਨੇ ਕਿਹਾ, ਕਹਿੰਦੀ ਦੀਦੀ ਉਹ ਆਪਦੀ ਵਾਈਫ ਨਾਲ ਲੋਇਲ ਰਹਿੰਦਾ, ਮਾਫ਼ੀ ਮੰਗਦਾ, ਠੀਕ ਆ, ਮੈਨੂੰ ਫਿਰ ਪੈਸੇ ਵੀ ਨਹੀਂ ਚਾਹੀਦੇ, ਮੈਂ ਬਸ ਇਹ ਚਾਹੁੰਦੀ ਹਾਂ ਕਿ ਉਹ ਸਹੀ ਬਣ ਕੇ ਰਵੇ, ਇਦੋਂ ਬਾਅਦ ਹੋਰ ਕੀ ਕਰ ਲਵੇ ਉਹ। ਜੇ ਫਿਰ ਵੀ ਤੁਹਾਨੂੰ ਕੁੜੀ ਗਲਤ ਲੱਗਦੀ ਆ ਤਾਂ ਲਾਣਾ ਤਾਂ ਤੁਹਾਡੇ ਵਰਗਿਆਂ 'ਤੇ। ਸਤਿ ਸ਼੍ਰੀ ਅਕਾਲ ਜੀ।